ਹੁਣ ਜਾਤੀ ਕਰਨ ਦੇ ਬਰਾਈ ਹੈ ਹੁਣ ਸਾਡੇ ਮੋਬਾਈਲ ਵੀ ਜ਼ਬਰਦਸਤੀ ਖੂਹ ਵੀ ਹੈ ਹਾਲਾਂਕਿ ਸਾਡਾ ਜਿਹੜਾ ਪ੍ਰੋਟੈਸਟ ਹੈ ਪੀਸਫੁਲ ਹਾਂ ਜ਼ਬਰਦਸਤੀ ਰਾਤੀ ਚੁੱਕਿਆ ਗਿਆ ਹੈ ਔਰ ਸਾਡੇ ਸਾਡੇ ਕੰਨੇ ਤੇ ਜ਼ੁਲਮ ਹੋਇਆ ਹੈ ਸਾਡੇ ਫੋਨ ਵੀ ਖੋਹੀ ਲੈ ਲੈਣ ਤੇ ਹੁਣ ਰੋਟੀ ਵੀ ਰੱਜੀਆਂ ਨਹੀਂ ਮਿਲੀ ਇੱਥੇ ਹੁਣ ਮਤਲਬ ਇਹ ਗੌਰ ਆਪਣੀ ਜਿਹੜੀ ਸਾਡੀ ਪਬਲਿਕ ਆ ਉਹਨੇ ਫੈਸਲਾ ਕਰਨਾ ਕਿ ਜੁਵਾ ਰਾਜਪੂਸਾ ਨੇ ਗਲਤ ਕੀਤਾ ਜਾਂ ਚੰਗਾ ਕੀਤਾ ਆਵਾਮ ਸਾਰੀ ਬਾਹਰ ਨਿਕਲਿਆ ਔਰ ਆਣੀਏ ਦੇਖਿਆ ਕਿਸਕੇ ਜ਼ੁਲਮ ਹੋਇਆ ਬਾਹਰ ਲੋ ਜਿਹੜਾ ਡੋਗਰੇ ਕੰਨੇ ਜਦ ਸਾਰੇ ਜੰਮੂ ਦੇ ਸ਼ੇਰ ਡੋਗਰੇ ਹੋ ਅਸੀਂ ਕੀ ਅੱਜ ਭੁੱਖੇ ਵੀ ਰਹਿ ਲੈਗੇ ਬਗੈਰ ਉਹਨਾਂ ਕਿਹਾ ਭੁੰਜਾਂ ਵੀ ਸਹੀ ਲੈਗੇ ਲੇਕਿਨ ਇੱਕ ਗੱਲ ਯਾਦ ਰੱਖਿਓ ਕਿ ਇਹ ਡੋਗਰੇ ਕੰਨੇ ਜਿਹੜਾ ਜ਼ਬਰਦਸਤੀ ਹੋਇਆ ਜੀ ਜੇ ਨਜਾਇਜ਼ ਹੋਇਆ ਦਾ ਇਹਦਾ ਜਵਾਬ ਤੁਸੀਂ ਲੈਣਾ ਸਾਡੇ ਸਾਰੇ ਫੋਨ ਹੈਂਗ ਕਰ ਲਏ ਦੇਣ ਪੁਲਿਸ ਨੇ ਫੋਨ ਖੋਹ ਲਏ ਦੇਣ ਹੁਣ ਇਸ ਟਾਈਮ ਦੇ ਬਾਅਦ ਯੁਵਾ ਰਾਜਪੂਤ ਸਭਾ ਭੁੱਖ ਹੜਤਾਲ ਪਰ ਪਾਉਣ ਲੱਗੀ ਹੈ ਜਿੰਨੇ ਵੀ ਸਾਡੇ ਇੱਥੇ ਬੰਦੇ ਨੇ ਨਾ ਦੇ ਪਾਣੀ ਪੀਂਗਣ ਨਾ ਦੇ ਚਾਹ ਪੀਂਗਣ ਨਾ ਰੋਟੀ ਖਾਂਗਣ ਜੇਲੇ ਤੋੜੀ ਇਹ ਜਿਹੜਾ ਟੋਲ ਦਾ ਮਸਲਾ ਹੱਲ ਨਹੀਂ ਹੁੰਦਾ ਅਸ ਸਾਰੇ ਇੱਥੇ ਭੁੱਖ ਹੜਤਾਲ ਪਾਉਣ ਲੱਗੇ ਹਾਂ ਜੈ ਹਿੰਦ ਜੈ ਜੰਮੂ ਜੈ ਡੁੱਗਰ ਡੁੱਗਰੇ ਦਾ ਜ਼ਿੰਦਾਬਾਦ ਜੰਮੂ ਦੇ ਸ਼ੇਰ ਡੋਗਰੇ ਹੋ ਮੈਂ ਬਾਹਰ ਸਾਂਬਾ ਹੀ ਆਖਣਾ ਚਾਹੁੰਦਾ ਕਿ ਸਾਂਬਾ ਬੰਦ ਕਰ ਦਿਓ ਜੰਮੂ ਬੰਦ ਕਰ ਦਿਓ ਇਸ ਜ਼ੁਲਮੀ ਸਰਕਾਰ ਕੀ ਪੁੱਛੋ ਇਹਨੇ ਐਮ ਪੀ ਪੁੱਛੋ ਕਿ ਕਹਿਲੀ ਸਾਰੇ ਜੰਮੂ ਦੇ ਡੋਗਰੇ ਕਿਹੜੇ ਨਜਾਇਜ਼ ਕਰਾ ਦਿਓ ਜੈ ਹਿੰਦ ਜੈ ਭਾਰਤ ਜਵਾਹਰ ਰਾਜਪੂਤ ਸਭਾ ਜ਼ਿੰਦਾਬਾਦ।